सिक्स फॉर जस्टिस नूं लैके पंजाब दे विच गतिविधियां पिछले काफ़ी दिनों तो तेज़ हो रही ने। एक अजिही ही घटना जलंधर के नज़दीक करतारपुर दे विच वापरी जो बड़ी हैरान कर देने वाली घटना है। असी एक घर के बाहर खड़े हाँ, इत्थे इस घर के जिया के मुताबक इस घर के बाहर दो नौजवान आउंदे ने एक दिन, अते ये जो हनुमान जी की तस्वीर तुसी देख रहे हो इन्हां दे घर वालियां दे मुताबक वह दो मुंडे आण के कहिंदे ने कि इस तस्वीर नूं तुसीं उतार दिओ, असीं पन्नू दे बंदे आ। इह घर वालियां दा कहना आ, घर दे मैंबर साडे नाल हैगे आ। की घटना होई सी, किहड़े मुंडे सी, की कहिंदे, सारी गलबात करांगे। बीबी जी तुहाडा नाम की है? किरणजीत कौर। किरण जी तुसीं किदन दी गल आ, ते किहड़े मुंडे आए सीगे? ਇਹ 23 ਤਰੀਕ ਤੋਂ 5 ਵਜੇ 5 ਵਜ ਕੇ 12 ਮਿੰਟ ਦੇ ਗੱਲ ਹੈ ਸਰ, ਇੱਥੇ ਮੈਂ ਸਫਾਈ ਕਰ ਰਹੀ ਹੈ ਤੋ ਉਹ ਬੰਦੇ ਪਹਿਲੇ ਤਾਂ ਇਹਨਾਂ ਦੇ ਘਰ ਹੋ ਕੇ ਇਹ ਬੰਦੇ ਨੇ ਪੁੱਛਿਆ ਬੰਦੇ ਨੂੰ ਇਹ ਤੁਸੀਂ ਕਿਹਦੇ ਘਰ ਜਾਣਾ, ਉਹਦੇ ਫੋਕਸ ਸਰ ਸਾਡੇ ਫੋਟੋ 'ਤੇ ਸੀ। ਅੱਛਾ। ਫਿਰ ਉਹਨੇ ਕਿਸੇ ਨੂੰ ਫੋਨ ਲਾਇਆ, ਬੋਲਦਾ ਨਹੀਂ ਇਹ ਘਰ ਨਹੀਂ ਤੁਸੀਂ ਮਤਲਬ ਇੱਧਰ ਜਾਣਾ, ਸੁਣਦੀ ਸੀ ਗੱਲ। ਫਿਰ ਮੇਰੇ ਕੋਲ ਆਇਆ ਤਾਂ ਫਿਰ ਮੈਂ ਉਹਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਕਿੱਧਰ ਨੂੰ ਜਾਣਾ? ਉਹ ਕਹਿੰਦਾ ਅਸੀਂ ਤਾਂ ਖਾਲਿਸਤਾਨ ਦੇ ਜਾਂਦੇ। ਕਿਹਦੇ ਦੇ ਬੰਦੇ? ਖਾਲਿਸਤਾਨ। ਅੱਛਾ। ਫਿਰ ਮੈਂ ਖਾਲਿਸਤਾਨ ਮੈਨੂੰ ਨਹੀਂ ਸਮਝ ਆਇਆ, ਉਹ ਤਾਂ ਪੰਨੂ ਨੂੰ ਨਹੀਂ ਜਾਂਦਾ, ਪੰਨੂ ਦੇ ਬੰਦੇ ਆ। ਫਿਰ ਮੈਂ ਮੇਰਾ ਕੱਲਾ ਕੱਲਾ ਪੰਨੂ ਆਖਿਆ ਉਹਨਾਂ ਨੇ ਨਾ, ਪਹਿਲੇ ਖਾਲਿਸਤਾਨ ਬਾਅਦ ਵਿੱਚ ਪੰਨੂ, ਪਹਿਲਾਂ ਖਾਲਿਸਤਾਨ ਆਖਿਆ ਫਿਰ ਬਾਅਦ ਵਿੱਚ ਪੰਨੂ ਆਖਿਆ। ਹਾਂ। ਫਿਰ ਮੇਰੇ ਹਸਬੰਡ ਹਾਰਟ ਅਟੈਕ ਪੇਸ਼ੈਂਟ ਦੇ, ਉਹਨੂੰ ਬਾਰ ਬਾਰ ਕਹਿੰਦਾ ਤੂੰ ਪੰਨੂ ਨਾਲ ਗੱਲ ਕਰ, ਜਿਸ ਦਾ ਪੰਨੂ ਨਾਲ, ਉਹ ਤਾਂ ਸਰ ਇੱਥੇ ਹੀ ਬੈਠ ਗਿਆ ਸੀ, ਕੈਮਰਾ ਸਾਹਿਬ ਵੀ ਇੱਥੇ ਚੁੱਪ ਕਰਕੇ ਬੈਠਾ ਰਿਹਾ ਉਹ। ਅੱਛਾ। ਬਟ ਖਾਲਿਸਤਾਨ ਦਾ ਨਾਮ ਸੁਣ ਤੇ ਮੈਂ ਬਹੁਤ ਖੁਰਤਰ ਹੋ ਗਿਆ ਤੈਰ ਦਾ। ਫਿਰ ਮੈਂ ਉਹਦੇ 12 ਤੋਂ 13 ਮਿੰਟ ਤੱਕ ਮੇਰੇ ਬਹਿਸ ਕੀਤਾ ਜੀ, ਬੋਲਦਾ ਮੈਂ 3 ਦਿਨ ਬਾਅਦ ਆਣਾ, ਅਸੀਂ ਤਾਂ ਇੱਦਾਂ ਹੀ ਚੁੱਕ ਕੇ ਲੈ ਜਾਂਦਾ, ਦਿਨ ਹੀ ਚੁੱਕ ਕੇ ਲੈ ਜਾਂਦਾ, ਤੁਸੀਂ ਜੋ ਕਰਨਾ ਕਰ ਲਓ। ਫਿਰ 3 ਦਿਨ ਬਾਅਦ ਨਾ ਅਸੀਂ ਤਾਂ ਬੱਚੇ ਚੁੱਕ ਲਵੇ, ਮੇਰੀ ਬੇਟੀ 15 ਦਿਨ ਤੋਂ ਇੱਥੇ ਰਹਿ ਕੇ ਗਿਆ, ਉਹਦੇ ਤਾਂ ਤੁਸੀਂ ਆਏ ਨਹੀਂ, ਜੇ ਚੁੱਕ ਕੇ ਲੈ ਜਾਣਾ ਸੀ ਤਾਂ ਲੈ ਜਾਓ। ਫਿਰ ਬੋਲਦਾ ਅਸੀਂ 3 ਦਿਨ ਬਾਅਦ ਨਾ ਜੇ ਫੋਟੋ ਨਾ ਲਾਇਆ ਨਾ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਗਾ, ਉਹ ਤਾਂ ਸਾਡੇ ਜੱਸਦਾਰ ਇਹ ਕਹਿੰਦਾ ਜੇ ਮੰਨੋਗੇ ਨਾ ਸਾਡੇ ਗੱਲ ਨਹੀਂ ਮੰਨੋਗੀ ਤਾਂ ਅਸੀਂ ਸਿੱਧੀ ਉਹ ਤਾਂ ਖਤਮ ਕਰ ਦੇਣਾ। ਇੱਕ ਬੰਦਾ ਕਹਿੰਦਾ ਜਿਹੜਾ ਗੋਰਾ ਜਿਹਾ ਬੰਦਾ ਹੈਗਾ ਸੀ, ਉਹ ਕਹਿੰਦਾ ਡਿੱਗੀ ਤੋਂ ਕੱਢ ਕੇ ਰਾਈਫਲ ਲਿਆ, ਇਹਨਾਂ ਨੂੰ ਮਾਰ ਕੇ ਚੱਲਦੇ ਆ। ਅੱਛਾ। ਉਹ ਤੁਹਾਨੂੰ ਕਹਿੰਦਾ ਕਿ ਡਿੱਗੀ 'ਚੋਂ ਰਾਈਫਲ ਕਹਿੰਦਾ, ਉਹ ਦੂਜੇ ਬੰਦੇ ਨੂੰ ਕਹਿੰਦਾ, ਦੋ ਬੰਦੇ ਸੀ, ਉਹਨੂੰ ਕਹਿੰਦਾ ਇੱਕ ਬੰਦੇ ਦੂਜੇ ਬੰਦੇ ਨੂੰ ਕਹਿੰਦਾ ਤੁਸੀਂ ਡਿੱਗੀ ਤੋਂ ਕੱਢ ਕੇ ਜਾਓ, ਉਹਦਾ ਰਾਈਫਲ ਲਿਆ, ਇਹਨਾਂ ਅਸੀਂ ਮਾਰ ਕੇ ਚੱਲਦੇ। ਫਿਰ ਜ਼ਿਆਦਾ ਮੈਂ ਬਹਿਸਬਾਜੀ ਇਕੱਲੇ ਹੀ ਕੀਤਾ ਸੀ ਸਰ, ਕਹਿੰਦੇ ਤਾਂ ਇਹਨੇ ਈਟ ਮਾਰ, ਮੈਂ ਮਾਰਦੇ ਈਟ ਨੇ ਉਹਦੇ ਪਿੱਛੇ ਕਿਉਂ ਮਾਰ ਲਏ, ਮਾਰਨਾ ਤਾਂ ਮਾਰ ਦੇ, ਸਾਨੂੰ ਕੋਈ ਡਰ ਨਹੀਂ, ਮਰਨਾ ਤਾਂ ਹੈ ਇੱਕ ਦਿਨ, ਮਰਨਾ ਤਾਂ ਮਾਰਨਾ, ਈਟ ਮਾਰ ਦੇ। ਪਰ ਉਹ ਫਿਰ ਸਰ ਉੱਥੇ ਮੋਟਰਸਾਈਕਲ ਖੜਾ ਕੀਤਾ, ਫਿਰ ਮੇਰੇ ਪਾਸ ਆਇਆ, ਫਿਰ ਮੇਰੇ ਹਸਬੈਂਡ ਨੂੰ ਕਹਿੰਦਾ ਬੰਦਾ ਵੱਜਿਆ, ਇਹ ਫੋਟੋ ਲਾ ਕੇ ਰੱਖਣਾ, ਅਸੀਂ ਆਉਣਾ 3 ਦਿਨ। ਸਿਰਫ ਇਸ ਫੋਟੋ ਨੂੰ ਕਿਹਾ ਸੀ ਫੋਟੋ ਲਾ ਦਿਓ, ਫੋਟੋ ਲਾ ਦਿਓ। ਕਦੀ ਉਹ ਪਹਿਲਾਂ ਬੰਦੇ ਦੇਖੇ ਸੀਗੇ ਇੱਥੇ ਤੁਸੀਂ? ਨਹੀਂ, 1 ਸਾਲ ਹੋ ਗਿਆ ਇੱਥੇ ਆਉਂਦੇ ਜਾਂਦੇ, ਘਰ ਬਣਾਉਂਦੇ, ਅਸੀਂ ਬੰਦੇ ਨੂੰ ਕਦੀ ਨਹੀਂ ਦੇਖਿਆ। ਪਹਿਲੀ ਵਾਰ ਹੀ ਆਏ, ਪਹਿਲੀ ਵਾਰ ਹੀ ਦੇਖਿਆ ਬੰਦੇ ਨੂੰ। ਬਾਅਦ ਵਿੱਚ 12-13 ਮਿੰਟ ਤੱਕ ਬਹਿਸ ਕਰਦਾ ਰਿਹਾ। ਬਹਿਸ ਕੀ ਕਰਦਾ ਸੀ? ਬਹਿਸ ਚ ਕੀ ਕਹਿੰਦਾ? ਲਿਆ ਤੂੰ ਫਾਂ ਲਿਆ ਤੂੰ, ਸਾਨੂੰ ਪੁੱਛਿਆ ਕਿਉਂ, ਤੂੰ ਪੁੱਛਣ ਵਾਲੇ ਕੌਣ ਹੁੰਦੇ? ਇਹਨੂੰ ਫਾਲਤੂ ਬਹੁਤ ਬਹਿਸ ਕੀਤਾ ਸਰ ਮੇਰੇ ਨਾਲ। ਤੇ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਅਸੀਂ ਇਹ ਚ ਕਿਹੜੀ ਪੁੱਛਣ ਵਾਲੀ ਗੱਲ? ਮੈਂ ਇਹਨੂੰ ਪੁੱਛਿਆ ਮੇਰੇ ਦਰਵਾਜ਼ੇ ਦੇ ਲੱਗੇ ਆਇਆ ਤਾਂ ਮੇਰੇ ਪੁੱਛਣਾ, ਮੇਰਾ ਫਰਜ਼ ਹੈ, ਚੋਰ ਵੀ ਹੋ ਸਕਦਾ, ਗੁੰਡਾ ਵੀ ਹੋ ਸਕਦਾ, ਤੁਸੀਂ ਹੈ ਕੌਣ? ਤੈਨੂੰ ਮੈਂ ਤਾਂ ਸੁਣਿਆ ਨਹੀਂ, ਇੱਕ ਵਾਰ ਬੋਲਿਆ ਅਸੀਂ ਖਾਲਿਸਤਾਨ, ਉਹਨੇ ਇਹ ਹੀ ਗੱਲ ਕੀਤਾ ਜੀ। ਫਿਰ ਪਤਾ ਸੀ ਖਾਲਿਸਤਾਨ ਬਾਰੇ ਕੁਝ ਪਹਿਲਾਂ? ਉਦਾਂ ਨਹੀਂ, ਮੈਨੂੰ ਕੁਛ ਨਹੀਂ ਪਤਾ, ਮੈਂ ਬਾਅਦ 'ਚ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਪਣੇ ਰਿਸ਼ਤੇਦਾਰ ਨੇ, ਉਹ ਮੈਂ ਸੋਚਿਆ ਖਾਲਿਸਤਾਨ ਕੋਈ ਪਿੰਡ ਹੋਣਾ, ਫਿਰ ਮੈਨੂੰ ਕਹਿੰਦਾ ਉਹ ਤਾਂ ਬਹੁਤ ਖਤਰਨਾਕ ਚੀਜ਼ ਹੈ, ਤੂੰ ਫਟਾਫਟ SSP ਕੋ ਦਰਖਾਸਤ ਦੇ। 24 ਤਰੀਕ ਨੂੰ ਅਸੀਂ ਫਿਰ SSP ਸਾਹਿਬ ਦੇ ਪੇਸ਼ ਹੋਇਆ, SSP ਸਾਹਿਬ ਨੇ ਉਸ ਟਾਈਮ ਦਰਖਾਸਤ ਆ ਗਿਆ, ਪਰ 12 ਦਿਨ ਹੋ ਗਿਆ ਉਸ ਟਾਈਮ ਕੋਈ ਪੁਲਿਸ ਵਾਲੇ ਨਹੀਂ ਆਇਆ ਜੀ, ਤਦ ਦੇ ਜਾਂ ਕਿਸੇ ਹੋਰ ਚੈਲੰਜ ਦੇ ਰਾਏ ਜਦੋਂ ਕਾਰਵਾਈ ਹੋਣ ਲੱਗ ਪਿਆ, ਫਿਰ ਪੁਲਿਸ ਵਾਲੇ ਕੱਲ੍ਹ ਤੋਂ ਭੱਜੇ ਕਰ ਗਏ। ਅੱਛਾ, ਗਵਾਂਢੀ ਹੈਗੇ ਨੇ ਤੁਸੀਂ, ਜਦੋਂ ਇਹ ਪਹਿਲਾਂ ਮੁੰਡੇ ਕਿੰਨਾ ਕੁ ਚਿਰ ਇੱਥੇ ਪਹਿਲਾਂ ਖੜੇ ਰਹੇ? ਭਾਜੀ ਸਭ ਤੋਂ ਪਹਿਲਾਂ ਉਹ ਸਾਡੇ ਉੱਥੇ ਉੱਥੇ ਪਹਿਲਾਂ ਉੱਥੇ ਖਲੋਤੇ ਸੀਗੇ, ਉਹਨਾਂ ਦਾ ਮੂੰਹ ਇੱਧਰ ਨੂੰ ਹੀ ਸੀਗਾ। ਮੈਂ ਪਤਾ ਕੀ ਹੋਇਆ, ਮੇਰੀ ਬੇਟੀ ਤੇ ਮੈਂ ਇਕੱਲੀ ਸੀ ਘਰੇ, ਮੇਰੇ ਹਸਬੈਂਡ ਨਹੀਂ ਹੈਗੇ ਸੀ ਘਰੇ, ਉਹ ਡਿਊਟੀ ਤੇ ਕਪੂਰਥਲੇ ਜਾਂਦੇ, ਉਹ ਮੇਰਾ ਫਰਜ਼ ਸੀ ਨਾ ਜਦੋਂ ਬੂਹੇ ਤੇ ਖਲੋਤੇ ਤਾਂ ਮੇਰਾ ਫਰਜ਼ ਹੈ ਉਹਨਾਂ ਨੂੰ ਪੁੱਛਣ ਦਾ। ਮੈਂ ਉਹਨਾਂ ਨੂੰ ਬਸੇ ਸਮੇਂ ਖੋਲ ਲੋਕ ਖੋਲ ਕੇ ਖੋ ਗਿਆ, ਮੈਂ ਕਿਹਾ ਤੁਸੀਂ ਕੀ ਗੱਲ ਹੈ ਭਾਜੀ, ਤੁਸੀਂ ਕੋਈ ਕੰਮ ਹੈ ਤੁਹਾਨੂੰ? ਕਹਿੰਦਾ ਭੈਣ ਜੀ ਅਸੀਂ ਤੁਹਾਡੇ ਨਹੀਂ ਆਏ। ਮੈਂ ਆਪਣਾ ਕੁੰਡਾ ਲਾ ਲਿਆ, ਕੁੰਡਾ ਲਾ ਕੇ ਅਸੀਂ ਅੰਦਰ ਬੈਠੇ ਰਹੇ, ਫਿਰ ਸਾਨੂੰ ਪਤਾ ਨਹੀਂ ਲੱਗਾ ਇਹਨਾਂ ਨਾਲ ਕੀ ਗੱਲਬਾਤ ਹੋਈ ਹੈ, ਪਰ ਮੈਨੂੰ ਜਿੰਨੀ ਗੱਲ ਮੇਰੇ ਉਹਨਾਂ ਨਾਲ ਹੋਈ ਹੈ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਗੱਲ ਹੋਈ ਆ। ਦੋ ਮੁੰਡੇ ਉਹ ਦੇਖਣ 'ਚ ਕਿਵੇਂ ਦੇ ਸੀਗੇ? ਇੱਕ ਤਾਂ ਥੋੜ੍ਹਾ ਭਾਰੀ ਜਿਹਾ ਸੀਗਾ, ਇੱਕ ਹਾਂ ਤਕੜੇ ਸੀਗੇ ਅਤੇ ਥੋੜ੍ਹੀ ਜਿਹੀ ਹਾਈਟ ਘੱਟ ਸੀ, ਅਤੇ ਇੱਕ ਥੋੜ੍ਹਾ ਜਿਹਾ ਲੰਬਾ ਸੀ। ਦੋਵੇਂ ਮੋਨੇ ਸੀਗੇ ਸਰਦਾਰ? ਹਾਂ, ਦੋਵੇਂ ਮੋਨੇ ਸੀ। CCTV ਫੁਟੇਜ ਵੀ ਹੈਗੀ ਆ, ਆਪਾਂ ਅੰਦਰ ਥੋੜ੍ਹਾ ਜਿਹਾ ਅੰਦਰ ਚੱਲ ਕੇ ਕਰਦੇ ਹਾਂ ਕਿ ਇਹ ਹਨੂੰਮਾਨ ਜੀ ਦੀ ਫੋਟੋ ਤੁਸੀਂ ਦੇਖ ਲਓ, ਕਿ ਇਸ ਫੋਟੋ ਨੂੰ ਹੀ ਕਹਿੰਦੇ ਸੀ ਕਿ ਇਹਨੂੰ ਲਾ ਦਿਓ, ਜੇ ਨਹੀਂ ਲਾਉਂਗੇ ਤਾਂ ਕਾਰਵਾਈ ਤੁਹਾਡੇ ਉੱਤੇ ਕਰਾਂਗੇ। ਹੋਰ ਕੀ ਗੱਲਬਾਤ ਹੋਈ ਸੀ? ਸਿੱਧੀਆਂ ਧਮਕੀਆਂ ਦਿੱਤੀਆਂ ਉਹਨਾਂ ਨੇ ਤੁਹਾਨੂੰ? 3 ਦਿਨ ਬਾਅਦ ਸਰ ਮੈਨੂੰ ਬਾਈਟ ਉੱਥੇ ਰੁਕਿਆ, 8:15 ਰਾਤ ਨੂੰ ਮੈਂ ਬਾਜ਼ਾਰੋਂ ਆ ਰਹੀ, ਮੇਰੇ ਹਸਬੈਂਡ ਦੇ ਸਰ ਪੈਰ ਫ੍ਰੈਕਚਰ ਹੀ, ਮੈਂ ਉਹਦੇ ਰਾਤ ਦੁੱਧ ਖਤਮ ਹੋ ਗਿਆ, ਦੁੱਧ ਲੈਣ ਗਿਆ ਸੀ, ਤੇ 8:15 ਮੇਰੇ ਉੱਥੇ ਐਕਟਿਵਾ ਰੁਕ ਲਿਆ। ਉਹ 3 ਦਿਨ ਬਾਅਦ ਫਿਰ ਰੁਕਿਆ ਤੁਹਾਨੂੰ ਉਹਨਾਂ ਨੇ? 3 ਦਿਨ ਬਾਅਦ ਐਕਟਿਵਾ ਰੁਕੇ ਸੀ, ਫਿਰ
ਬੋਡੀ ਲੈਵਲ ਤੇ ਮੈਨੂੰ ਉਹ ਬੰਦਾ ਹੀ ਪਤਾ ਲੱਗਾ ਜੀ, ਮੂੰਹ ਮਾਸਕ ਪਾ ਲਿਆ ਸੀ ਮੇਰਾ, ਪਰ ਬੋਡੀ ਲੈਵਲ ਤੇ ਮੈਨੂੰ ਬੰਦਾ ਉਹੀ ਸੀ। ਫਿਰ ਬੰਦਾ ਤੁਸੀਂ ਸਾਡੇ ਅੱਖ ਨਹੀਂ ਲੈ ਗਿਆ ਸਰ, ਉਹਨੇ ਕੁਛ ਕੱਢੇ ਸੀ ਸਰ। ਫਿਰ ਇੱਧਰ ਥੋੜਾ ਜਿਹਾ ਇਹ ਹੋ ਗਿਆ, ਫਿਰ ਉਧਰ ਪਿੱਛੋਂ ਸਰ ਕੋਈ ਗੱਡੀ ਆਉਣ ਲੱਗਾ, ਲਾਈਟ ਦਿਖਾ, ਉਹ ਬੰਦਾ ਚਲਾ ਗਿਆ, ਉਹ ਬੰਦਾ ਬਾਹਰ ਨਿਕਲ ਗਿਆ ਸਰ। ਫਿਰ ਮੈਂ ਐਕਟ ਵਾਲੇ ਕੋ ਫਟਾਫਟ ਸਰ ਘਰ ਆਇਆ, ਘਰ ਆਣ ਕੇ 3-4 ਗਲਾਸ ਪਾਣੀ ਪੀਤਾ। ਫਿਰ ਵੀ ਰਾਜੂ ਨੂੰ ਤਾਂ ਹੋਇਆ ਕੀ ਹੈ, ਕੁਛ ਨਹੀਂ, ਮੈਂ ਇਹਨੂੰ ਬੋਲਿਆ ਨਹੀਂ ਕਿ ਉਹ ਹਾਰਟ ਪੇਸ਼ੈਂਟ ਹੈ। ਫਿਰ ਮੈਂ ਆਦਮ ਸਿੰਘ ਥਾਣੇਦਾਰ ਜਿਹੜਾ ਇੰਸਪੈਕਟਰ ਹੈ ਉਹਨੂੰ ਫੋਨ ਲਾਇਆ, ਮੈਂ ਸਾਜੀ ਮੇਰੇ ਬਾਈਟ ਰੁਕਦਾ, ਇਸ ਤਰ੍ਹਾਂ ਕਾਰਵਾਈ ਕਰਤਾ, ਇਸ ਤੋਂ ਤੁਸੀਂ ਕਾਰਵਾਈ ਨਹੀਂ ਕਰ ਰਹੇ, ਮੇਰੇ ਬਾਈਟ ਰੁਕਿਆ ਅੱਜ। ਕਹਿੰਦਾ ਤੁਹਾਡਾ ਕੋਈ ਲਾਗਤਬਾਜ਼ੀ ਹੋਣਾ? ਮੈਂ ਸਾਡੇ ਕੋਈ ਲਾਗਤਬਾਜ਼ੀ ਨਹੀਂ, ਅਸੀਂ 12 ਸਾਲ ਮੁਕਤਸਰ ਰਹਿ ਕੇ ਆਇਆ, 5-6 ਸਾਲ ਅਸੀਂ ਜੀਰੀ ਜਿਹੜਾ ਅਸੀਂ ਫਰੀ ਤੁਰ ਗਿਆ, ਸਾਡੇ ਕੋਈ ਲਾਗਤਬਾਜ਼ੀ ਨਹੀਂ ਹੈਗੀ, ਤੁਸੀਂ ਉਦੋਂ ਫੜੋ ਬੰਦਾ ਕੋਲ ਨਹੀਂ ਪਤਾ ਕਰੋ। ਕਹਿੰਦੇ ਤੁਸੀਂ ਨਾ ਕਿਸੇ ਕਿਹੜੀ ਜਗ੍ਹਾ 'ਤੇ, ਕਹਿੰਦਾ ਉੱਥੇ ਐਪਲੀਕੇਸ਼ਨ ਅਸੀਂ ਮਾਰ ਕਰਕੇ ਉੱਥੇ ਭੇਜ ਦੇਣਾ। ਅੱਜ ਜਿਹੜੇ ਤੁਸੀਂ ਕਿਹੜੇ ਵੀ ਚੈਲੇਂਜ, ਜਿੰਨੀ ਚੈਲੇਂਜ ਵਾਲੇ ਜਿਹੜੇ ਇਹ ਗੱਲ ਨੂੰ ਉਠਾਇਆ, ਫਿਰ ਹੁਣ ਪੁਲਿਸ ਵਾਲੇ ਹੁਣ ਕਾਰਵਾਈ ਸ਼ੁਰੂ ਹੋਈ ਹੈ। 12-13 ਦਿਨ ਸਰ ਕੋਈ ਸੁਣਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ, ਨਾ ਉਹਨਾਂ ਨੇ ਮੁੰਡਿਆਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਕੌਣ ਸੀ ਕੀਤੀ, ਕੱਲ ਤੋਂ ਸ਼ੁਰੂ ਹੋਈ ਹੈ ਜੋ ਕੁਛ ਹੋਈ ਹੈ। ਸੋ ਮੁੰਡਿਆਂ ਦੀ ਭਾਸ਼ਾ ਤੋਂ ਕੀ ਲੱਗਦਾ ਸੀਗਾ ਕਿ ਉਹ ਪੰਜਾਬੀ ਸੀਗੇ ਕਿ ਜਾਂ ਕੋਈ ਬਾਹਰੋਂ ਹੈ? ਪੰਜਾਬੀ, ਪਰ ਜਿਹੜਾ ਜਿਹੜਾ ਇੱਕ ਸੌਲਾ ਜਿਹਾ ਬਾਹਰਾ ਜਿਹਾ ਬੰਦਾ ਸੀ, ਉਹ ਹਰ ਗੱਲ 'ਤੇ ਸਰ ਅੱਲਾ ਕਸਮ ਕਰਦੇ, ਜੋ ਮੁਸਲਮਾਨ ਟਾਈਪ ਬੋਲੀ ਹਰ ਗੱਲ 'ਤੇ ਅੱਲਾ ਕਸਮ ਅੱਲਾ ਕਸਮ, ਉਹਦਾ ਮੈਂ ਦਿਨੀ ਚੁੱਕ ਕੇ ਲੈ ਜਾਂਦਾ। ਕੀ ਕਹਿੰਦਾ ਸੀ? ਅੱਲਾ ਕਸਮ, ਮੈਂ ਤਾਂ ਦਿਨੀ ਚੁੱਕ ਕੇ ਲੈ ਜਾਂਦਾ ਬੋਲਦਾ, ਤੈਨੂੰ ਅਜੇ ਪਤਾ ਨਹੀਂ ਚਿੜੀ ਖੁੱਲੇ ਖੇਚੇ ਇੱਥੇ ਰਹਿੰਦੀ ਹੈ, ਦਿਨੀ ਚੁੱਕ ਕੇ ਲੈ ਜਾਂਦਾ, ਸਾਡੇ ਗੱਲ ਮੰਨਣੀ ਪੈਣੀ ਤੈਨੂੰ। ਸਿਰਫ ਗੱਲ ਇਹੀ ਕਿ ਤੁਸੀਂ ਤਸਵੀਰ ਲਾ ਦਿੱਤੀ, ਤਸਵੀਰ ਬਾ ਮੇਰੇ ਕੋਲ ਮੈਨੂੰ ਬਦਮਾਸ ਟਾਈਪ ਬੰਦਾ ਲੱਗਦਾ। ਲੌਕਡਾਊਨ ਤੇ ਮੇਰੀ ਬੇਟੀ ਆਈ ਸੀ, ਮੇਰੀ ਬੇਟੀ ਨੂੰ ਛੱਡਣ ਗਈ ਸੀ ਮੈਂ, ਉੱਥੇ ਸਰ ਲੌਕਡਾਊਨ ਤੇ ਫਸ ਗਿਆ ਸੀ। ਫਿਰ ਮਿਸਤਰੀ ਕਹਿੰਦਾ ਤੁਹਾਡਾ ਘਰ ਦਾ ਕੰਮ ਚਾਲੂ ਕਰਨਾ ਵਗੈਰਾ, ਮੇਰੇ ਕੰਮ ਚਾਲੂ ਵਗੈਰਾ ਲਾਉਣਾ ਸੀ ਘਰ ਦਾ, ਇਹ ਸਾਰੇ ਕੰਮ ਕਰਾਉਣੇ, ਤਾਂ ਕਰਕੇ ਮੈਨੂੰ ਹਰਾਉਣਾ ਪੈਂਦਾ ਜੀ, ਉੱਪਰ ਵੀ ਕੰਮ ਚਾਲੂ ਹੋਏ, ਇਹ ਧਮਕੀ ਦੇਣ ਕਾਰਨ ਮੇਰੇ ਉੱਪਰ ਦਾ ਕੰਮ ਬੰਦ ਕੀਤਾ। ਤੁਸੀਂ ਇਸ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ? ਅਸੀਂ ਸਰ 12 ਸਾਲ ਮਕਸੂਦਾ ਰਿਹਾ। 12 ਸਾਲ ਮਕਸੂਦਾ, ਹਾਂਜੀ। ਤੇ ਤੁਹਾਡੇ ਹਸਬੰਡ ਕੀ ਕਰਦੇ ਨੇ? PSPCL ਦੇ ਲਾਈਨ ਮੈਨ ਲਟਾ ਰਹੇ। ਦਿਮਾਗ ਦੇ ਵਿੱਚ ਹੋਇਆ ਕਿ ਇੱਥੇ ਕੀ ਚੱਕਰ ਹੈ, ਇੱਥੇ ਪੁੱਛੋ, ਰਾਤ 12 ਵਜੇ ਅਸੀਂ ਆਉਂਦੇ ਜਾਂਦੇ, ਭੈਣ ਜੀ ਨੇ ਪਤਾ ਕੋਈ ਗੱਲ ਹੀ ਨਹੀਂ, ਘਰ ਬਣਾਇਆ, ਰਾਤ 12 ਵਜੇ ਫਿਰਦੇ ਤੁਰਦੇ। ਤੁਸੀਂ ਵੀ ਕਦੀ ਪਹਿਲਾਂ ਨਹੀਂ ਸੀ, ਤੁਸੀਂ ਜਦੋਂ ਮਤਲਬ ਪਹਿਲਾਂ ਤੇ ਰਹਿੰਦੇ ਹੋਗੇ ਇੱਥੇ, ਕਦੀ ਪਹਿਲਾਂ? ਸਾਨੂੰ ਵੀ ਭਾਜੀ ਜੁਲਾਈ 'ਚ 1 ਸਾਲ ਹੋਇਆ, 10 ਤਰੀਕ ਨੂੰ ਅਸੀਂ ਆਏ ਆ, 10 ਤਰੀਕ ਨੂੰ ਸਾਨੂੰ ਪੂਰਾ 1 ਸਾਲ ਹੋਇਆ ਇੱਥੇ, ਪਰ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਇੱਥੇ, ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ, ਆਰਾਮ ਨਾਲ ਰਹਿੰਦੇ ਸੀਗੇ। ਪਰ ਪਤਾ ਕੀ ਗੱਲ ਹੈ ਭਾਜੀ, ਸਾਡਾ ਇਹਨਾਂ ਨੂੰ ਭੈਣ ਜੀ ਨੂੰ ਪਤਾ, ਅਸੀਂ ਅੱਗੇ ਸਾਡਾ ਇੱਕੋ ਤਰੀਕਾ, ਕਿਉਂਕਿ ਮੇਰੀ ਬੇਟੀ ਹੈਗੀ ਛੋਟੀ, ਹੈ ਨਾ, ਮੇਰੇ ਹਸਬੈਂਡ ਦੂਰ ਡਿਊਟੀ ਕਰਦੇ, ਪਰ ਉਹਨਾਂ ਨੇ ਨਾ, ਉਹਨਾਂ ਦੇ ਹੋਇਆ ਐਕਸੀਡੈਂਟ, ਉਹਦੇ ਕਰਕੇ ਨਾ, ਮਤਲਬ ਮੇਰੇ ਘਰ ਵਾਲੇ ਨੇ ਇੱਕੋ ਗੱਲ ਕਹੀ ਕਿ ਜਿਹੜਾ ਵੱਡਾ ਗੇਟ ਹੈ ਨਾ, ਉਹ ਜਦੋਂ ਮੈਂ ਆਊਂਗਾ ਨਾ, ਉਸ ਵੇਲੇ ਤੁਸੀਂ ਸਕੂਟਰੀ ਲੰਘਾਉਣ ਵਾਸਤੇ ਖੋਲ੍ਹਣਾ, ਰਾਤ ਬਰਾਤ ਭਲੇ ਕੋਈ ਸਕਾ ਸੰਬੰਧੀ ਆਵੇ, ਕੋਈ ਰਿਸ਼ਤੇਦਾਰ ਆਵੇ, ਤੁਸੀਂ ਬੂਹਾ ਨਹੀਂ ਖੋਲ੍ਹਣਾ। ਅਸੀਂ ਬੂਹਾ ਖੋਲ੍ਹਦੇ ਨਹੀਂ ਹਾਂ, ਅਸੀਂ ਬੂਹਾ ਖੋਲ੍ਹਦੇ ਨਹੀਂ, ਉਹਨਾਂ ਨੇ ਨਿਕਲ ਕੇ ਜਾਣਾ, ਹੁਣ ਵੀ 8 ਵਜੇ ਡਿਊਟੀ 'ਤੇ ਜਾਣਾ। ਪਤਾ ਲੱਗਿਆ ਸੀ ਕਿ ਮੁੰਡੇ ਤੋਂ ਬਾਹਰ ਖੜੇ ਨੇ? ਪਤਾ ਕੀ ਹੋਇਆ, ਮੈਨੂੰ ਇਸ ਕਰਕੇ ਪਤਾ ਲੱਗਿਆ ਕਿ ਮੈਂ ਰੋਟੀ ਬਣਾਉਂਦੀ ਸੀ ਕਿਚਨ ਦੇ ਵਿੱਚ, ਮੈਂ ਰੋਟੀ ਬਣਾਉਣ ਲਈ ਜਦੋਂ ਉਹਨਾਂ ਨੇ ਮੇਰੀ ਸਕੂਟਰੀ ਬੂਹੇ ਗਲੀ ਖਲੋਤੀ ਗਲੀ ਕੀਤੀ ਨਾ, ਤਾਂ ਮੈਨੂੰ ਇੱਦਾਂ ਲੱਗਾ ਕਿ ਇਹ ਕੋਈ ਖਲੋਤਾ ਹੋਇਆ, ਪਰ ਮੇਰਾ ਫਰਜ਼ ਹੈਗਾ ਜਦੋਂ ਮੇਰੇ ਬੂਹੇ ਖਲੋਤਾ, ਮੇਰਾ ਫਰਜ਼ ਹੈਗਾ ਪੁੱਛਣ ਦਾ, ਹੈ ਨਾ। ਮੈਂ ਉਹਨੂੰ ਇਹੀ ਗੱਲ ਪੁੱਛੀ, ਮੈਂ ਕਿਹਾ ਭਾਜੀ ਤੁਸੀਂ ਦੱਸੋ ਕੀ ਕੰਮ ਹੈ ਤੁਹਾਨੂੰ? ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ, ਤੇ ਮਤਲਬ ਮੈਂ ਤੁਹਾਡੇ ਘਰ ਨਹੀਂ ਆਇਆ, ਇਉਂ ਬੋਲਿਆ। ਮੈਂ ਕਿਹਾ ਚਲੋ ਠੀਕ ਹੈ, ਨਹੀਂ ਆਇਆ ਤਾਂ ਬਈ ਮੈਂ ਆਪਣਾ ਕੁੰਡਾ ਲਾਇਆ, ਮੈਂ ਆਪਣੇ ਅੰਦਰ ਚੱਲ ਗਈ, ਰੋਟੀ ਬਣਾਈ, ਮੈਂ ਮੇਰੀ ਗੁੜੀਆ ਭੁੱਖੀ ਸੀ, ਮੈਂ ਕਿਹਾ ਚਲੋ ਰੋਟੀ ਪਕਾਉਣੀ ਹੈ, ਮੈਂ ਆਪਣੇ ਕੰਮ ਧੰਦੇ ਲੱਗ ਗਈ। ਫਿਰ ਪਤਾ ਨਹੀਂ ਇਹਨਾਂ ਨਾਲ ਕੀ ਬਹਿਸਬਾਜ਼ੀ ਹੋਈ ਆ, ਆਪਾਂ ਪਤਾ ਕੀ ਗੱਲ ਹੈ ਭਾਜੀ, ਆਪਾਂ ਨੂੰ ਜਿਹੜਾ ਹੋਵੇ ਉਹਦਾ ਵੀ ਬੜਾ ਹੁਸਨ ਹੁੰਦਾ, ਘਰ ਦੇ ਵਿੱਚ ਕੋਈ ਵੀ ਹੋਵੇ, ਹੈ ਨਾ, ਜੇ ਆਪਾਂ ਝੱਟ ਤੇ ਪਟਾਪਟ ਉਹ ਬੋਲ ਵੀ ਸਕਲੀ ਹੋਣੀ, ਜਨਾਨੀ ਨੂੰ ਕਿੰਨੀ ਗੱਲਾਂ ਸੋਚਣੀਆਂ ਪੈਂਦੀਆਂ, ਹੈ ਜਿਹੜੇ 30 ਹਾਊਸ ਵੀ ਬੰਦਾ ਬਦਮਾਸ਼ ਤਾਂ ਮੈਨੂੰ ਆਵਾਜ਼ ਨਹੀਂ ਮਾਰਿਆ,
ਕਿਉਂਕਿ ਇਹਦੇ ਬੇਟੀ ਛੋਟੀ ਹੈ ਸਰ ਰੱਬ ਨਾ ਕਰੇ ਕੋਈ ਗੱਲ ਕੁਛ ਹਾਦਸਾ ਹੋ ਜਾਏ ਮੈਂ ਤਾਂ ਨਹੀਂ ਆ ਬੰਦਾ ਬਹੁਤ ਬਣਾ ਉਹਨਾਂ ਕੋ ਹਥਿਆਰ ਜਾਂ ਕੋਈ ਕੋਈ ਚੀਜ਼ ਦੇਖੀ ਸੀਗੀ ਉਹਨਾਂ ਦੀ ਗੱਡੀ ਦੇ ਵਿੱਚ ਜਾਂ ਉਹਨਾਂ ਦੇ ਮੋਟਰਸਾਈਕਲ ਤੇ ਉਹ ਸਕੂਟਰ ਦੇ ਉਹ ਡਿੱਗੀ ਤੇ ਉਹਨੂੰ ਇੱਕ ਬੰਦਾ ਦੂਜੇ ਬੰਦੇ ਨੂੰ ਕਹਿੰਦਾ ਜੇ ਜਾਂ ਡਿੱਗੀ ਤੇ ਖੋਲ ਕੇ ਲਿਆ ਰੱਖ ਲਿਆ ਖੋਲ ਕੇ ਇਹਨਾਂ ਨੂੰ ਮਾਰ ਕੇ ਚੱਲਦੇ ਆ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਨਹੀਂ ਲਾਉਣੀ ਫੋਟੋ ਨਹੀਂ ਆਵੇਂ ਫੋਟੋ ਨਹੀਂ ਲੈਣਾ ਮਾਰਨਾ ਮਾਰ ਦੇ ਮੈਂ ਕਿਰਪਾਨ ਕੱਢ ਕੇ ਦਿੱਤਾ ਸੀ ਸਰ ਵੜਨਾ ਤੋਂ ਵੜਦੇ ਮੈਂ ਫੋਟੋ ਨਹੀਂ ਲੈਣਾ ਜੇ ਤੁਸੀਂ ਕਿਰਪਾਨ ਕੱਢਤੀ ਵੀ ਫੋਟੋ ਨਹੀਂ ਲੱਗਣੀ ਮਾਰਨਾ ਮਾਰਦੇ ਫੋਟੋ ਨਹੀਂ ਲੈਣਾ ਕਿਉਂਕਿ ਜੋ ਲਾਇਆ ਮੈਂ ਕਿੱਦਾਂ ਲਾ ਸਕਦੀ ਸਰ ਜਿਹੜੇ ਮਿਸਤਰੀ ਕੰਮ ਕਰਕੇ ਉਹਨੇ ਲਾਇਆ ਹੀ ਦੇ ਮੈਂ ਕਿਉਂ ਲਾਉਂਗਾ ਕਿਸੇ ਧਰਮ ਨੂੰ ਕਿਉਂ ਨਹੀਂ ਕਰਨਾ ਨਾਲੇ ਪਹਿਲੀ ਗੱਲ ਕੋਈ ਕਿਸੇ ਨੂੰ ਅਧਿਕਾਰ ਨਹੀਂ ਹੁੰਦਾ ਕਿਸੇ ਵੀ ਧਰਮ ਦੇ ਵਾਸਤੇ ਕਿਸੇ ਨੂੰ ਵੀ ਉਂਗਲੀ ਉਠਾਉਣ ਦਾ ਹਨਾ ਆਪਾਂ ਕਿਸ ਧਰਮ ਨੂੰ ਮੰਨਦੇ ਹਾਂ ਆਪਾਂ ਕੋਈ ਕੋਈ ਥਰਡ ਪਰਸਨ ਆ ਕੇ ਕਹਿ ਦੇਵੇ ਤੁਸੀਂ ਇਸ ਧਰਮ ਨੂੰ ਨਾ ਮੰਨੋ ਤਾਂ ਕੋਈ ਇਹ ਤਾਂ ਥੋੜਾ ਕਹਿ ਸਕਦਾ ਆਪਾਂ ਨੂੰ ਕੋਈ ਇਹ ਤਾਂ ਆਪਾਂ ਨੂੰ ਅਧਿਕਾਰ ਹੈਗਾ ਆਪਾਂ ਕਿਸੇ ਧਰਮ ਨੂੰ ਮੰਨ ਸਕਦੇ ਹਾਂ ਉਹਨਾਂ ਨੇ ਪੂਰਾ ਨਾਮ ਨਹੀਂ ਸੀ ਦੱਸਿਆ ਕਿਸੇ ਦਾ ਵੀ ਉਹਨਾਂ ਨੇ ਕੱਲਾ ਨਹੀਂ ਦੇਖਿਆ ਸਿਰਫ ਦੋ ਚੀਜ਼ ਬੋਲ ਗਈ ਆਪਾਂ ਨੂੰ ਤਾਂ ਖਾਲਿਸਤਾਨ ਬਾਕੀ ਹੋਰ ਕੁਝ ਨਹੀਂ ਕਹਿ ਗਈ ਨਾਮ ਨੂੰ ਕੁਝ ਨਹੀਂ ਦੱਸ ਗਈ ਹੈਗੀ ਗੱਲ ਵੀ ਕਰਾਉਂਦੇ ਸੀਗੇ ਪੰਨੂ ਨਾਲ ਹਾਂ ਮੇਰੇ ਹਸਬੰਡ ਨੂੰ ਕਹਿੰਦਾ ਸੀ ਬਾਹਰ ਵੜ ਲਓ ਤੁਸੀਂ ਗੱਲ ਕਰੋ ਤੁਸੀਂ ਪੰਨੂ ਨਾਲ ਗੱਲ ਕਰੋ ਮੇਰੇ ਜੈਸੇਦਾਰ ਨਾਲ ਗੱਲ ਕਰੋ ਬੋਲਦਾ ਮੈਂ ਕਿਉਂ ਗੱਲ ਕਰੂੰ ਫਿਰ ਮੈਂ ਹੀ ਕਿਹਾ ਮੈਂ ਲਿਆ ਮੈਂ ਪੰਨੂ ਨਾਲ ਗੱਲ ਕਰਦਾ ਕੀ ਕਰੂੰ ਸਾਨੂੰ ਮਾਰ ਦੂਗਾ ਅਸੀਂ ਫੋਟੋ ਨਹੀਂ ਲਾਉਣਾ ਫਿਰ ਮੈਨੂੰ ਗੱਲ ਨਹੀਂ ਕਰਨ ਦਾ ਉਹ ਤੁਸੀਂ ਗੱਲ ਕਰੋ ਅਸੀਂ ਪਤਾ ਨਹੀਂ ਤੁਸੀਂ ਇੱਕ ਗੱਲ ਕਰੋ ਅਸੀਂ ਤਿੰਨ ਦਿਨ ਬਾਅਦ ਇੱਥੇ ਆਉਣਾ ਤਾਂ ਬਾਕੀ ਸਰ ਉਹ ਮੇਰੇ ਹਫ਼ਤਾ ਦਾ ਰੁਕਿਆ ਹੋਇਆ ਉਹ ਦਿਨ ਤਾਂ ਥੋੜ੍ਹਾ ਮੈਂ ਆਈ ਨਾ ਉਹ ਬਾਕੀ ਕਿਸੇ ਨਾਲ ਗੱਲ ਕਰਦੇ ਸੀ ਕਿ ਤੁਹਾਨੂੰ ਡਰਾਉਂਦੇ ਸੀ ਨਹੀਂ ਜੀ ਫੋਨ ਆਉਂਦਾ ਸੀ ਕਿ ਜਾਂਦਾ ਸੀ ਫੋਨ ਕਰ ਕਰਕੇ ਉਹ ਜਦੋਂ ਫੋਨ ਉਹਨੂੰ ਕੁਛ ਕਹਿੰਦਾ ਨਾ ਉਹੀ ਗੱਲ ਆਣ ਤੋਂ ਮੈਨੂੰ ਕਹਿੰਦਾ ਫੋਨ ਤੋਂ ਪੁੱਛ ਲੈਂਦਾ ਫਿਰ ਮੇਰੇ ਕੋਲ ਆਣ ਕੇ ਕਹਿੰਦਾ ਉਹ ਕਿੰਨੇ ਮਿੰਟ ਇਹ ਸਭ ਕੁਛ ਚੱਲਿਆ ਸਰ 5:12 ਤੱਕ ਸਰ ਘੱਟੋ ਘੱਟ 10 ਤੋਂ 12 ਮਿੰਟ ਤੱਕ ਸਰ ਮੇਰੇ ਨਾਲ ਬੈਠ ਬੈਠ ਗਈ ਤੇ ਤੁਸੀਂ ਸੀਸੀਟੀਵੀ ਕੈਮਰੇ ਮੈਂ ਜ਼ਰੂਰ ਇੱਕ ਵਾਰੀ ਚਾਹੁੰਦਾ ਮਨੀਸ਼ ਨੂੰ ਕਹੂੰਗਾ ਕਿ ਉਹ ਜ਼ਰੂਰ ਦਿਖਾਉਣ ਕਿ ਸੀਸੀਟੀਵੀ ਕੈਮਰੇ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਲਵਾਏ ਕਿ ਜਾਂ ਪਹਿਲੇ ਲੱਗੇ ਸੀ ਪਹਿਲੇ ਲੱਗੇ ਜੀ 1 ਸਾਲ ਹੋ ਗਏ ਜੀ ਜਦੋਂ ਤੋਂ ਕੰਮ ਚੱਲਦਾ ਸੀ ਨਾ ਨੀਚੇ ਉਹਦੇ ਤੋਂ ਅਸੀਂ ਲਾਤੇ ਜੀ ਕਿਉਂਕਿ ਇੱਥੇ ਖੁੱਲ੍ਹਾ ਸੀਮੈਂਟ ਵਗੈਰਾ ਪਿਆ ਹੁੰਦਾ ਸਰੀਆ ਵਗੈਰਾ ਹਰ ਚੀਜ਼ ਪਿਆ ਹੁੰਦਾ ਇਸ ਕਰਕੇ ਅਸੀਂ ਲਾਤਾ ਸੀ ਪਹਿਲੇ ਉਹਨਾਂ ਕੈਮਰੇ ਨੇ ਨੁਕਸਾਨ ਤੇ ਨਹੀਂ ਤੁਹਾਡੇ ਪਹੁੰਚਾਉਣ ਨੂੰ ਜਾਂ ਕੋਈ ਹੋਰ ਕੋਈ ਇੱਥੇ ਕੋਈ ਨੁਕਸਾਨ ਪਹੁੰਚਾਇਆ ਉਹ ਖੁਦ ਕਹਿੰਦਾ ਉਹਦਾ ਕੈਮਰਾ ਲੈ ਕੇ ਆਏ ਨਾ ਮੈਨੂੰ ਕੋਈ ਪਰਵਾਹ ਨਹੀਂ ਬੋਲਦਾ ਅੱਛਾ ਕੈਮਰਾ ਤੋਂ ਮਤਲਬ ਮੈਨੂੰ ਕੋਈ ਪਰਵਾਹ ਨਹੀਂ ਤੇ ਜੋ ਕਰਨਾ ਕਰ ਦੋ ਉਹਦਾ ਜਿੱਥੇ ਜਾਣਾ ਚੱਲ ਜਾਓ ਉਹ ਤਾਂ ਸਾਨੂੰ ਕੋਈ ਪਰਵਾਹ ਨਹੀਂ ਮੈਂ ਤੇਰੇ ਲਾਈਫ ਕਰੂੰ ਮੇਰੇ ਕਰ ਦੋ ਲਾਈ ਮੈਨੂੰ ਕੋਈ ਪਰਵਾਹ ਨਹੀਂ ਹੈ ਤੁਸੀਂ ਹੁਣ ਮੈਨੂੰ ਲੱਗਦਾ 10-12 ਦਿਨ ਹੋ ਗਏ ਸਾਰੀ ਘਟਨਾ ਨੂੰ ਤੇ ਤਸਵੀਰ ਲਾਉਣ ਬਾਰੇ ਨਹੀਂ ਸੋਚਿਆ ਵੀ ਤੁਸੀਂ ਲਾ ਦਈਏ ਜਾਂ ਕਿਤੇ ਕੋਈ ਗਲਤ ਨਾ ਕਰ ਨਹੀਂ ਸਰ ਮੈਂ ਇਹ ਜਿਸ ਨੇ ਸਰ ਮੈਂ ਧਰਮ ਤੋਂ ਜ਼ਿਆਦਾ ਕੁਛ ਨਹੀਂ ਹੈਗਾ ਕਿਸੇ ਧਰਮ ਨੂੰ ਮੈਂ ਨੁਕਸਾਨ ਨਹੀਂ ਪਹੁੰਚਾ ਸਕਦੀ ਜੇ ਮਰਨਾ ਹੈ ਸਰ ਮਾਰ ਦੇ ਜੀ ਇਹ ਤਾਂ ਮਰਨਾ ਤਾਂ ਹੈ ਹੀ ਇੱਕ ਦਿਨ ਪਰ ਸਰ ਇਹ ਥੋੜ੍ਹੀ ਡਰ ਕੇ ਮਰ ਜਾਊਂਗਾ ਉਹ ਨਹੀਂ ਕੰਮ ਤੁਹਾਡੇ ਜਦੋਂ ਹਸਬੈਂਡ ਆਏ ਸੀਗੇ ਉਹਨਾਂ ਨਾਲ ਗੱਲ ਕਰਨ ਉਦੋਂ ਕੀ ਕਹਿੰਦੇ ਹਾਂ 10-12 ਮਿੰਟ ਉਹਨਾਂ ਨਾਲ ਬੈਸਬਾਜੀ ਕੀਤੀ ਹਸਬੈਂਡ ਵੀ ਬੈਸਬਾਜੀ ਹਾਂ ਪਰ ਉਹ ਠੀਕ ਨਹੀਂ ਹੈਗਾ ਥੋੜ੍ਹਾ ਹੱਡ ਤੋਂ ਪੈਰ ਉਹਦੇ ਵੀ ਫ੍ਰੈਕਚਰ ਹੋਇਆ ਐਕਸੀਡੈਂਟ ਉਹਦੇ ਵੀ ਹੋਇਆ ਇਸ ਕਰਕੇ ਉਹਨੂੰ ਜ਼ਿਆਦਾ ਬਾਹਰ ਉਸ ਟਾਈਮ ਨਹੀਂ ਇਸ ਟੈਨਸ਼ਨ ਤੋਂ ਵੀ ਥੋੜ੍ਹਾ ਦੂਰ ਰੱਖਦਾ ਉਹਨੂੰ ਤੇ ਫਿਰ ਉਸ ਤੋਂ ਬਾਅਦ ਸ਼ਿਕਾਇਤ ਕਿਹੜੇ ਥਾਣੇ ਕੀਤੀ ਹੈ ਤੁਸੀਂ ਸ਼ਿਕਾਇਤ ਸਰ ਇੱਥੇ ਲੋਕਲ ਪੁਲਿਸ ਐਸਆਈ ਨੂੰ ਕੀਤੀ ਹੈ ਉਹਦੇ ਨਾਮ ਰੇਸ਼ਮ ਸਿੰਘ ਹੈ ਪਹਿਲੇ ਤਾਂ ਮੈਨੂੰ ਪਤਾ ਨਹੀਂ ਮੈਂ ਬਲਵਿੰਦਰ ਸਿੰਘ ਨਾਮ ਸੁਣਦਾ ਰੇਸ਼ਮ ਸਿੰਘ ਉਹ 2 ਵਾਰ ਆਇਆ ਰਾਤੀ ਆਇਆ ਸੀ ਜਾਂਚ ਦੇ ਲਈ ਪਹੁੰਚੇ ਹੋਣਗੇ ਕਿਉਂਕਿ ਵੱਡੀ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਰ ਕੀ ਘਟਨਾ ਹੋਈ ਹੈ ਤੁਹਾਨੂੰ ਤੁਸੀਂ ਹੁਣ ਇੱਥੇ ਆਏ ਵੀ ਹੋ ਹੁਣ ਤੁਸੀਂ ਕੀ ਕਰਨ ਆਏ ਹੋ ਇੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਦੇ ਉੱਪਰ ਹੁਣ ਪਹੁੰਚੇ ਨੇ ਕਾਰਵਾਈ ਕਰਨ ਦੇ ਲਈ ਆਖ ਰਹੇ ਨੇ ਕਿ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਇਹ ਤਸਵੀਰ ਦੇਖੋ ਤੁਸੀਂ ਕਿ ਇਹ ਤਸਵੀਰ ਨੂੰ ਲਾਉਣ ਦੇ ਲਈ ਕਿਹਾ ਗਿਆ ਉਹਨਾਂ ਦੋ ਨੌਜਵਾਨਾਂ ਦੇ ਵੱਲੋਂ ਹਾਲਾਂਕਿ ਜੋ ਪਰਿਵਾਰ ਦਾ ਕਹਿਣਾ ਕਿ ਖਾਲਿਸਤਾਨ ਅਤੇ ਪੰਨੂ ਦਾ ਨਾਮ ਲਿਆ ਗਿਆ ਪੂਰਾ ਨਾਮ ਵੀ ਨਹੀਂ ਲਿਆ ਗਿਆ ਪਰ ਦੋ ਨਾਮ ਜਿਹੜੇ ਲਏ ਗਏ ਕਿ ਇਹਨਾਂ ਨਾਵਾਂ ਤੋਂ ਅਸੀਂ ਉੱਥੋਂ ਆਏ ਹਾਂ ਤਾਂ ਜੇਕਰ ਤੁਸੀਂ ਤਸਵੀਰ ਨਹੀਂ ਲਾਉਂਗੇ ਤਾਂ ਅਸੀਂ ਕਾਰਵਾਈ ਕਰਾਂਗੇ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸੋ ਇਹ ਹੁਣ ਸੀਸੀਟੀਵੀ ਕੈਮਰੇ ਖੰਗਾਲਣ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖੋ ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਇੱਥੇ ਕਰਤਾਰਪੁਰ ਏਰੀਏ ਦੇ ਵਿੱਚ ਵਾਪਰੀ ਹੈ ਇਹ SP ਐਨਕਲੇਵ ਆ ਜਿੱਥੇ ਇਸ ਘਰ ਦੇ ਬਾਹਰ ਦੋ ਨੌਜਵਾਨ ਆਉਂਦੇ ਨੇ 10 ਤੋਂ 12 ਮਿੰਟ ਬਹਿਸ ਬਸਾਈਆ ਕਰਦੇ ਨੇ ਅਤੇ ਇਸ ਫੋਟੋ ਨੂੰ ਜੋ ਹਨੂੰਮਾਨ ਜੀ ਦੀ ਫੋਟੋ ਲੱਗੀ ਹੋਈ ਹੈ ਘਰ ਦੇ ਬਾਹਰ ਇਸ ਨੂੰ ਲਾਉਣ ਲਈ ਕਿਹਾ ਜਾਂਦਾ ਹੈ ਤਾਂ ਉਸ ਔਰਤ ਦੇ ਨਾਲ ਵੀ ਕਾਫੀ ਬਹਿਸ ਬਸਾਈ ਹੋਈ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਸੀਂ ਇਹ ਤਸਵੀਰ ਨਹੀਂ ਲਾਉਂਦੇ ਤਾਂ ਤੁਹਾਨੂੰ ਚੱਕ ਲਿਆ ਜਾਵੇਗਾ ਤੁਹਾਨੂੰ
धमकियां जिहड़ियां ने उह कई तरह दियां दित्तियां, पर अजिहियां घटनावां होणियां बहुत माड़ियां ने, क्योंकि वो लोग कौन ने इस दा हजे कार्रवाई का विषय है, क्योंकि शिकायत इन्हां दे वल्लों कीती गई है, तो हुण पुलिस भी कार्रवाई हरकत दे विच आई है, तो आने वाले समय दे विच पता लगेगा कि यह कार्रवाई कदरों जाती है, तो वह नौजवान ना दा की मकसद सी, किहड़े वह बदमाश सी, जां फिर वाकई वह खालिस्तान दे ही बंदे सीगे, क्योंकि पन्नू दा नाम विच आ रहा है, तो इस चीज़ नूं लैके पंजाब दे विच पिछले काफ़ी दिनों तो एस एफ जे नूं लैके घटनावां वापर रही ने, पहला मोगे दे विच भी झंडा लहराया गया सी, तां उस तों बाद होर शहरां दे विच भी झंडे लहराए जा रहे ने, पर इस ही घटना का सामने आना एक चिंता की गल है। सो हुण उम्मीद करते हैं कि पुलिस के वलों एक पुख्ता कार्रवाई की जाऊगी, तो जिहड़े वह नौजवान इस घर के बाहर आउंदे ने वह नौजवान कौन ने, तो उन्हां दा की मकसद सी, इस बारे पुख्ता जानकारी लोगों तक जरूर पहुँचानी चाहिए है। कैमरामैन मनीष के नाल मनदीप सिंह, डेली पोस्ट पंजाबी, करतारपुर।